ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ, ਕੱਲ ਆਪਾਂ 6 ਤੋਂ 9 ਤੱਕ ਦੇ ਅੰਕ ਬਿੰਦੂ ਤੋਂ ਤਾਰੇ ਦਾ ਸਫ਼ਰ ਤੈਅ ਕਰਦੇ ਹੋਏ ਬਣਾਉਣੇ ਸਿੱਖੇ ਸੀ। ਅੱਜ ਆਪਾਂ ਆਪਣਾ ਕੰਮ ਪੰਨਾ ਨੰਬਰ 21 ਤੇ ਸ਼ੁਰੂ ਕਰਦੇ ਹੋਏ 6 ਤੋਂ ਲੈ ਕੇ 9 ਤੱਕ ਦੇ ਅੰਕਾਂ ਦਾ ਅਭਿਆਸ ਕਰਾਂਗੇ। ਛੁੱਕ ਛੁੱਕ ਕਰਦੀ ਰੇਲ ਗੱਡੀ ਪਹਿਲਾਂ ਵੀ ਆਈ ਸੀ ਤੇ 1 ਤੋਂ 5 ਤੱਕ ਅੰਕ ਨਾਲ ਲੈ ਆਈ ਸੀ ਤੇ ਅੱਜ ਪੰਨਾ ਨੰਬਰ 1 ਤੇ ਛੁੱਕ ਛੁੱਕ ਰੇਲ ਗੱਡੀ ਫੇਰ ਆਈ ਹੈ। ਤੇ ਹੁਣ ਕਿਹੜੇ ਅੰਕ ਲਈ ਆਈ ਹੈ ਤਾਂ ਦੇਖਦੇ ਹਾਂ। ਛੁੱਕ ਛੁੱਕ ਕਰਦੀ ਰੇਲ ਗੱਡੀ ਆਈ, 6 ਤੋਂ ਲੈ ਕੇ 9 ਤੱਕ ਦੇ ਅੰਕ ਨਾਲ ਲੈ ਆਈ। ਤਾਂ ਅਭਿਆਸ ਕਰੋ, 6 7 8 9। ਇਸੇ ਤਰ੍ਹਾਂ ਤੁਸੀਂ 6 ਤੋਂ ਲੈ ਕੇ 9 ਤੱਕ ਦੇ ਅੰਕ ਪੰਨਾ ਨੰਬਰ 21 ਦੇ ਉੱਤੇ ਬਣੀ ਰੇਲ ਗੱਡੀ ਦੇ ਇਹਨਾਂ ਡੱਬਿਆਂ ਦੇ ਵਿੱਚ ਲਿਖਣੇ ਹਨ, 6 7 8 9। ਹੁਣ ਦੇਖੋ ਪੰਨਾ ਨੰਬਰ 22 ਦਾ ਕੰਮ। ਪੰਨਾ ਨੰਬਰ 22, ਆਪਾਂ 1 ਤੋਂ ਲੈ ਕੇ 9 ਤੱਕ ਦੇ ਅੰਕਾਂ ਦਾ ਗਿਆਨ ਪ੍ਰਾਪਤ ਕਰ ਚੁੱਕੇ ਹਾਂ। ਹੁਣ ਆਪਾਂ 1 ਤੋਂ ਲੈ ਕੇ 9 ਤੱਕ ਦੇ ਅੰਕਾਂ ਦਾ ਜੋ ਗਿਆਨ ਪ੍ਰਾਪਤ ਕੀਤਾ ਹੈ ਉਸ ਨਾਲ ਸੰਬੰਧਿਤ ਸਵਾਲ ਕਰਾਂਗੇ। ਤਾਂ ਆਪਣਾ ਪਹਿਲਾ ਸਵਾਲ ਹੈ, ਗਿਣੋ ਤੇ ਲਿਖੋ। ਬੱਚਿਓ, ਤੁਸੀਂ ਇਹਨਾਂ ਚੀਜ਼ਾਂ ਨੂੰ ਗਿਣਨਾ ਹੈ ਅਤੇ ਗਿਣ ਕੇ ਗਿਣਤੀ ਇਸ ਬਾਕਸ ਦੇ ਵਿੱਚ ਲਿਖਣੀ ਹੈ। ਤਾਂ ਗਿਣੋ ਫੇਰ, 1 2 3। ਫਿਰ ਗਿਣੋ, 1 2 3 4 5 6। ਗਿਣਤੀ ਕੀਤੀ ਤੇ ਆ ਗਿਆ 6। ਆਪਣਾ ਅਗਲਾ ਸਵਾਲ ਹੈ, ਕ੍ਰਮ ਅਨੁਸਾਰ ਮਿਲਾਓ ਅਤੇ ਰੰਗਾਂ ਨਾਲ ਸਜਾਓ। ਆ ਇੱਕ ਡੱਡੂ ਹੈ, ਇਸ ਦੇ ਉੱਪਰ ਆ ਦੇਖੋ ਡੋਟਸ ਲੱਗੇ ਹੋਏ ਹਨ ਤੇ ਆਪਾਂ ਸੰਖਿਆ ਪੱਟੀ ਵੀ ਕੀਤੀ ਸੀ ਜਿਸ ਦੇ ਉੱਤੇ ਆਪਾਂ 1 ਤੋਂ ਲੈ ਕੇ 9 ਤੱਕ ਦੇ ਅੰਕਾਂ ਨੂੰ ਕ੍ਰਮ ਵਿੱਚ ਪੜ੍ਹਿਆ ਸੀ। ਇਸੇ ਤਰ੍ਹਾਂ ਤੁਸੀਂ 1 ਤੋਂ ਲੈ ਕੇ 9 ਤੱਕ ਦੇ ਅੰਕ ਜੋ ਕ੍ਰਮ ਵਿੱਚ ਪੜ੍ਹੇ ਸੀ ਡੋਟਸ ਰਾਹੀਂ ਉਹਨਾਂ ਨੂੰ ਮਿਲਾਉਣਾ ਹੈ। ਜੋ ਵੀ ਤਸਵੀਰ ਤੁਹਾਡੇ ਸਾਹਮਣੇ ਆਈ ਉਸ ਵਿੱਚ ਸੋਹਣੇ ਸੋਹਣੇ ਰੰਗ ਭਰਨੇ ਹਨ। ਤੇ ਹੁਣ ਆਪਾਂ ਪੰਨਾ ਨੰਬਰ 23 ਦਾ ਕੰਮ ਵੇਖਦੇ ਹਾਂ। ਬੇਟਾ, ਪੰਨਾ ਨੰਬਰ 23 ਦੇ ਉੱਤੇ ਆਪਣੀ ਸੰਖਿਆ ਪੱਟੀ ਦਿੱਤੀ ਗਈ ਹੈ ਜੋ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ 1 ਤੋਂ ਲੈ ਕੇ 9 ਤੱਕ ਦੇ ਅੰਕਾਂ ਨੂੰ ਕ੍ਰਮ ਵਿੱਚ ਪੜ੍ਹਨਾ ਸਿੱਖਿਆ ਸੀ। ਤਾਂ ਇੱਕ ਵਾਰ ਫਿਰ ਦੁਬਾਰਾ ਅਭਿਆਸ ਕਰਦੇ ਹਾਂ। 1 2 3 4 5 6 7 8 9। ਇਸੇ ਸੰਖਿਆ ਪੱਟੀ ਨੂੰ ਸਮਝਦੇ ਹੋਏ ਆਪਾਂ ਹੁਣ ਪੰਨਾ ਨੰਬਰ 24 ਦੇ ਉੱਤੇ ਕੰਮ ਕਰਦੇ ਹਾਂ। ਪੰਨਾ ਨੰਬਰ 24, ਪਹਿਲਾਂ ਆਉਣਾ ਕੀ, ਬਾਅਦ ਵਿੱਚ ਆਉਣਾ ਕੀ ਵਿਚਕਾਰ, ਗਿਣਤੀ ਸਿੱਧੀ ਪੁੱਠੀ ਕਰੀਏ ਸੋਚ ਵਿਚਾਰ। ਮਤਲਬ ਇਹ ਕਿ ਇਸ ਗਿਣਤੀ ਨੂੰ ਪੁੱਠਾ ਸਿੱਧਾ ਕਰਕੇ ਸੋਚ ਸਮਝ ਕੇ ਇਹਨਾਂ ਸਵਾਲਾਂ ਦੇ ਆਪਾਂ ਉੱਤਰ ਦਿਆਂਗੇ ਕਿ ਪਹਿਲਾ ਅੰਕ ਕਿਹੜਾ ਆਉਣਾ ਹੈ, ਬਾਅਦ ਵਿੱਚ ਕਿਹੜਾ ਅੰਕ ਆਉਂਦਾ ਹੈ ਅਤੇ ਵਿਚਕਾਰ ਕਿਹੜਾ ਅੰਕ ਆਏਗਾ। ਤਾਂ ਪਹਿਲਾ ਸਵਾਲ ਹੈ, ਬਿਲਕੁਲ ਪਹਿਲਾਂ ਕੀ ਆਵੇਗਾ। ਤਾਂ ਦੇਖੋ ਆਪਾਂ ਨੂੰ ਦਿੱਤਾ ਗਿਆ ਹੈ 5। ਸੰਖਿਆ ਪੱਟੀ ਦੇ ਉੱਤੇ ਨਜ਼ਰ ਮਾਰੋ, 5 ਤੋਂ ਠੀਕ ਪਹਿਲਾਂ ਕੀ ਆ ਰਿਹਾ ਹੈ, 4। ਤਾਂ 5 ਤੋਂ ਪਹਿਲਾਂ ਕੀ ਆਏਗਾ ਬੇਟਾ, 4। ਇਸੇ ਤਰ੍ਹਾਂ 9, ਸੰਖਿਆ ਪੱਟੀ ਤੇ ਨਿਗਾਹ ਮਾਰੋ, 9 ਤੋਂ ਪਹਿਲਾਂ ਕੀ ਆਉਂਦਾ ਹੈ, 8। ਤਾਂ ਇੱਥੇ ਆ ਗਿਆ 8। ਇੱਥੇ ਹੈ 4, ਸੰਖਿਆ ਪੱਟੀ ਤੇ 4, ਸੰਖਿਆ ਪੱਟੀ ਤੇ 4 ਤੋਂ ਪਹਿਲਾਂ ਕੀ ਆਇਆ, 3। ਤਾਂ 4 ਤੋਂ ਪਹਿਲਾਂ ਆ ਗਿਆ ਬੇਟਾ 3। ਹੁਣ ਹੈ ਵਾਰੀ ਦੂਸਰੇ ਸਵਾਲ ਦੀ, ਬਿਲਕੁਲ ਬਾਅਦ ਕੀ ਆਏਗਾ, 6 ਤੋਂ ਬਾਅਦ ਕੀ ਆਏਗਾ। ਸੰਖਿਆ ਪੱਟੀ ਤੇ ਦੇਖੋ 6 ਤੋਂ ਬਾਅਦ ਕੀ ਹੈ ਬੇਟਾ, 7। 5, ਸੰਖਿਆ ਪੱਟੀ ਤੇ ਵੇਖਿਆ 5, ਤਾਂ 5 ਤੋਂ ਠੀਕ ਬਾਅਦ ਕੀ ਹੈ, 6। ਆ ਸਵਾਲ ਤੁਸੀਂ ਖੁਦ ਪੰਨਾ ਨੰਬਰ 24 ਦੇ ਉੱਤੇ ਕਰੋਗੇ। ਹੁਣ ਦੇਖੋ ਵਿਚਕਾਰ ਕੀ ਆਵੇਗਾ, 2 ਅਤੇ 4 ਸਾਨੂੰ ਦਿੱਤਾ ਗਿਆ ਹੈ, ਵਿਚਕਾਰ ਖਾਲੀ ਜਗ੍ਹਾ ਛੱਡੀ ਗਈ ਹੈ।
ਤਾਂ ਵੇਖੋ ਸੰਖਿਆ ਪੱਟੀ ਤੇ 2 ਅਤੇ 4 ਦੇ ਬਿਲਕੁਲ ਵਿਚਕਾਰ ਆਇਆ ਹੈ ਨੰਬਰ 3। ਬੋਲ ਕੇ ਵੇਖੋ ਗਿਣਤੀ 2 3 4। ਤਾਂ ਦੇਖੋ 6 ਅਤੇ 8 ਦੇ ਵਿਚਕਾਰ ਕੀ ਆਵੇਗਾ, ਸੰਖਿਆ ਪੱਟੀ ਤੇ ਨਿਗਾਹ ਮਾਰੋ, 6 ਅਤੇ 8 ਦੇ ਬਿਲਕੁਲ ਵਿਚਕਾਰ ਹੈ ਬੇਟਾ ਨੰਬਰ 7। ਪੰਨਾ ਨੰਬਰ 24 ਦੇ ਉੱਤੇ ਇਸ ਤਰ੍ਹਾਂ ਦੇ ਸਵਾਲ ਹੋਰ ਵੀ ਦਿੱਤੇ ਗਏ ਹਨ ਜੋ ਕਿ ਤੁਸੀਂ ਅਭਿਆਸ ਦੇ ਰੂਪ ਵਿੱਚ ਆਪ ਕਰਨੇ ਹਨ। ਤੇ ਹੁਣ ਤੁਸੀਂ ਵੇਖੋ ਪੰਨਾ ਨੰਬਰ 25 ਦਾ ਕੰਮ, ਇਹਨਾਂ ਵਸਤੂਆਂ ਨੂੰ ਗਿਣਨਾ ਹੈ ਤੇ ਜੋ ਵੀ ਗਿਣਤੀ ਆ ਗਈ ਉਹ ਇਸ ਪੀਲੇ ਡੱਬੇ ਵਿੱਚ ਲਿਖਣੀ ਹੈ। ਇਸ ਹਰੇ ਡੱਬੇ ਦੇ ਵਿੱਚ ਜਿੰਨਾ ਨੰਬਰ ਇੱਥੇ ਆ ਗਿਆ ਉਸ ਤੋਂ ਅੱਗੇ ਵਾਲਾ ਨੰਬਰ ਇਸ ਹਰੇ ਡੱਬੇ ਵਿੱਚ ਲਿਖਣਾ ਹੈ। ਠੀਕ ਹੈ ਬੇਟਾ, ਤਾਂ ਗਿਣਤੀ ਸ਼ੁਰੂ ਕਰਦੇ ਹਾਂ ਵਸਤੂਆਂ ਦੀ ਗਿਣਨੀ। 1 2 3 ਤੇ 3 ਤੋਂ ਬਾਅਦ ਕੀ ਆਉਂਦਾ ਹੈ? 4। ਵਸਤੂਆਂ ਗਿਣੋ, 1 2 3 4 5 ਹਰੇ ਡੱਬੇ ਦੇ ਵਿੱਚ ਅੰਕ ਲਿਖਣਾ ਹੈ ਜੋ 5 ਤੋਂ ਬਾਅਦ ਆਉਂਦਾ ਹੈ। 6। ਇਸੇ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਤੁਹਾਡੇ ਪੰਨਾ ਨੰਬਰ 25 ਦੇ ਉੱਤੇ ਦਿੱਤੀਆਂ ਗਈਆਂ ਹਨ ਜੋ ਕਿ ਤੁਸੀਂ ਆਪ ਕਰਨੀਆਂ ਹਨ। ਧੰਨਵਾਦ।